ਹੈ एवरीवन ਸਸ਼ੀਕਲ ਸਾਰਿਆਂ ਨੂੰ ਮੈਂ ਮਨਪ੍ਰੀਤ ਐਂਡ ਨਰਸਿੰਗ ਸਕੂਪ YouTube ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਵੈਲਕਮ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜੋ ਬਾਬਾ ਫਰੀਦ ਯੂਨੀਵਰਸਿਟੀ ਦਾ ਰਿਕਰੂਟਮੈਂਟ ਪ੍ਰੋਸੈਸ ਚੱਲ ਰਿਹਾ ਫਾਰ ਦੀ ਸਟਾਫ ਨਰਸਸ ਰਿਕਰੂਟਮੈਂਟ ਉਹਦਾ ਜੋ ਨੈਕਸਟ ਸਟੈਪ ਹੋਏਗਾ 댓 ਵਿਲ ਬੀ ਦਾ ਡਾਕੂਮੈਂਟ ਵੈਰੀਫਿਕੇਸ਼ਨ ਸੋ ਤੁਸੀਂ ਪੁੱਛ ਰਹੇ ਸੀਗੇ ਕਿ ਕਿਹੜੇ ਕਿਹੜੇ ਡਾਕੂਮੈਂਟਸ ਆਪਾਂ ਰੈਡੀ ਕਰਨੇ ਆ ਸੋ ਜਿਹੜੇ ਕੈਂਡੀਡੇਟਸ ਜਨਰਲ ਕੈਟਾਗਰੀ ਦੇ ਨੀਅਰ ਟੂ 50 ਹੈਗੇ ਆ ਉਹ ਆਪਣੇ ਡਾਕੂਮੈਂਟਸ ਰੈਡੀ ਕਰ ਸਕਦੇ ਆ ਬਿਕਾਜ਼ ਜੋ ਕੱਟਆਫ ਹੈਗੀ ਆ 50 ਦੇ ਅਰਾਊਂਡ ਹੀ ਰਹੂਗੀ ਸੋ ਪਲੱਸ ਮਾਈਨਸ 4 5 ਮਾਰਕਸ ਹੋ ਸਕਦੇ ਆ ਉੱਪਰ ਥੱਲੇ ਬਿਕਾਜ਼ ਅਜੇ ਹੁਣੇ-ਹੁਣੇ ਨੌਰਸ اٹੀਅਮਸ ਦਾ ਪੇਪਰ ਹੋ ਕੇ ਹਟਿਆ ਠੀਕ ਹੈ ਕਾਫੀ ਕੈਂਡੀਡੇਟਸ ਉਧਰੋਂ ਵੀ ਨਿਕਲਣਗੇ ਕਈਆਂ ਕੋਲ ਪੰਜਾਬੀ ਨਹੀਂ ਹੋएगी 10th ਲੈਵਲ ਤੇ ਠੀਕ ਹੈ ਦੈਨ ਕਈਆਂ ਕੋਲ ਜੇ ਪੀਐਨਆਰਸੀ ਦੀ ਰਜਿਸਟ੍ਰੇਸ਼ਨ ਨਹੀਂ ਹੋਊਗੀ ਸੋ ਜਿਹੜੇ 50 ਦੇ ਲਾਗੇ ਹੈਗੇ ਆ ਲੋਅਰ ਸਾਈਡ ਤੇ ਵੀ ਹੈਗੇ ਆ ਉਹ ਵੀ ਆਪਣੇ ਡਾਕੂਮੈਂਟਸ ਰੈਡੀ ਰੱਖਣ ਸੋ ਥੈਟ ਕਿ ਕਈ ਵਾਰੀ ਵੇਟਿੰਗ ਲਿਸਟ ਦੇ ਵਿੱਚ ਹੁੰਦੇ ਆ ਐਂਡ ਡਾਕੂਮੈਂਟਸ ਤੁਹਾਡੇ ਕੋਲ ਰੈਡੀ ਨਹੀਂ ਹੁੰਦੇ ਉਸ ਟਾਈਮ ਤੇ ਸੋ ਆਪਣੇ ਡਾਕੂਮੈਂਟਸ ਰੈਡੀ ਰੱਖਨੇ ਆ ਠੀਕ ਹੈ ਜਨਰਲ ਕੈਟਾਗਰੀ ਦੀ ਕੱਟਆਫ ਨੀਅਰ ਟੂ 50 ਜਾਏਗੀ ਐਂਡ ਜੋ ਐਸਸੀ ਕੈਟਾਗਰੀ ਦੀ ਕੱਟਆਫ ਹੈਗੀ ਆ that will be near to 40 42 theek hai so plus minus ho sakta hai is vich bhi 4 5 mat upar thalle ਸੋ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਜੋ ਸਭ ਤੋਂ ਪਹਿਲਾ ਸਰਟੀਫਿਕੇਟ ਤੁਸੀ ਰੱਖਣਾ ਹੈ ਉਹ ਹੈਗਾ ਤੁਹਾਡਾ 10th ਦਾ ਸਰਟੀਫਿਕੇਟ ਸੋ 10th ਦਾ ਸਰਟੀਫਿਕੇਟ ਇੱਕ ਤਾਂ ਤੁਹਾਡਾ ਹੋਊਗਾ ਪੰਜਾਬੀ ਦਾ ਪ੍ਰੂਫ ਠੀਕ ਹੈ ਕਿ ਤੁਸੀਂ ਪੰਜਾਬੀ ਪਾਸ ਕੀਤੀ ਹੋਈ ਆ ਐਡਾ 10th ਲੈਵਲ ਜੋ ਕਿ ਮੈਂਡੇਟਰੀ ਸੀਗਾ ਇਸ ਪੋਸਟ ਦੇ ਲਈ ਸੈਕੰਡ ਹੈਗਾ ਇਹ ਕਿ ਤੁਹਾਡਾ ਐਜ਼ ਅ ਪ੍ਰੂਫ ਆਫ ਬਰਥ ਵਾਲਾ ਵੀ ਪਰਪਸ ਪੂਰਾ ਕਰ ਦੇਣਾ ਹੈ 10th ਲੈਵਲ ਸਰਟੀਫਿਕੇਟ ਨੇ ਐਂਡ ਲਾਸਟ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਸੀ ਉਹਦੇ ਵਿੱਚ ਵੀ ਮੈਂਡੇਟਰੀ ਸੀਗਾ ਇਹ ਐਂਡ ਉਸ ਤੋਂ ਬਾਅਦ ਆਊਗਾ ਤੁਹਾਡਾ ਜੋ ਤੁਸੀਂ ਡਿਗਰੀ ਕੀਤੀ ਹੋਈ ਆ ਤੁਹਾਡੇ ਕੋਲ ਜੀਐਨਐਮ ਐ ਬੀਐਸਸੀ ਐ ਪੋਸਟ ਗ੍ਰੈ ਸੀਆ ਜੋ ਵੀ ਹੈ ਤੁਸੀਂ ਅਪਣਾਓ ਡੀਐਮਸੀ ਰੈਡੀ ਰੱਖਣਾ ਹੈ ਠੀਕ ਹੈ ਆਪਣੀ ਡਿਗਰੀ ਰੱਖਣੀ ਹੈ ਨਾਲ ਐਂਡ ਉਹਦੇ ਨਾਲ ਨਾਲ ਪੀਐਨਆਰਸੀ ਦਾ ਜੋ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਉਹ ਹੋਣਾ ਚਾਹੀਦਾ ਸੋ ਜੋ ਰਜਿਸਟ੍ਰੇਸ਼ਨ ਸਰਟੀਫਿਕੇਟ ਆ दैट इज मैंडेटਰੀ ਉਸ ਤੋਂ ਬਿਨਾਂ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਪ੍ਰੋਸੈਸ ਤੋਂ ਅੱਗੇ ਨਹੀਂ ਜਾ ਸਕਦੇ ਐਂਡ ਇਸ ਵਾਰ ਤਾਂ ਅਪਲਾਈ ਕਰਨ ਦੇ ਟਾਈਮ ਤੇ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਤੁਹਾਡੇ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਆ ਸੋ ਜਿਹਨਾਂ ਕੋਲ 10 ਦਸੰਬਰ ਤੱਕ ਰਜਿਸਟ੍ਰੇਸ਼ਨ ਨਹੀਂ ਸੀਗੀ ਠੀਕ ਹੈ ਆਪ ਐਟ ਦਾ ਟਾਈਮ ਆਫ ਅਪਲੀਕੇਸ਼ਨ ਨਹੀਂ ਸੀਗੀ ਉਹ ਇਸ ਪ੍ਰੋਸੈਸ ਤੋਂ ਬਾਹਰ ਹੋ ਸਕਦੇ ਆ ਸੋ ਉਹਦੇ ਅਕੋਰਡਿੰਗ ਹੀ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਜਾਇਓ ਐਂਡ ਉਸ ਤੋਂ ਬਾਅਦ ਤੁਹਾਡੇ ਕੋਲ ਹੋਊਗਾ ਕੈਟਾਗਰੀ ਸਰਟੀਫਿਕੇਟ ਸੋ ਕੈਟਾਗਰੀ ਚ ਅਗਰ ਤੁਸੀਂ ਅਪਲਾਈ ਕੀਤਾ ਹੈ ਥੈਨ ਤੁਸੀਂ ਉਹ ਸਰਟੀਫਿਕੇਟ ਲੈ ਕੇ ਜਾਣਾ ਹੈ ਤਾਂ ਹੀ ਕਨਸੀਡਰ ਹੋਊਗਾ ਉਹ ਐਂਡ ਉਸ ਤੋਂ ਬਾਅਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਾਪੀ ਆਫ ਐਂਟ੍ਰੈਂਸ ਐਡਮਿਟ ਕਾਰਡ ਜੋ ਰੋਲ ਨੰਬਰ ਸਲਿੱਪ ਤੁਹਾਨੂੰ ਮਿਲੀ ਸੀਗੀ ਉਹਦੀ ਤੁਸੀਂ ਇੱਕ ਕਾਪੀ ਲੈ ਕੇ ਜਾਣੀ ਹੈ ਐਂਡ ਐਟ ਲਾਸਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਫੋਟੋ ਆਈਡੀ ਠੀਕ ਹੈ ਸੋ ਉਹਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਲਾਇਸੈਂਸ ਡਰਾਈਵਿੰਗ ਲਾਇਸੈਂਸ ਹੋ ਗਿਆ ਪਾਸਪੋਰਟ ਹੋ ਗਿਆ ਕੁਝ ਵੀ ਰੱਖ ਸਕਦੇ ਆ ਸੋ ਇੰਨੇ ਹੀ ਸਰਟੀਫਿਕੇਟ ਤੁਸੀਂ ਲੈ ਕੇ ਜਾਣੇ ਆ ओरिजिनल ਵੀ ਲੈ ਕੇ ਜਾਣੇ ਆ ਐਂਡ ਇਹਨਾਂ ਦੀਆਂ ਫੋਟੋ ਕਾਪੀਜ਼ ਵੀ ਲੈ ਕੇ ਜਾਣੀਆਂ ਠੀਕ ਹੈ 10th ਦਾ ਸਰਟੀਫਿਕੇਟ ਹੋ ਗਿਆ ਥੈਨ ਤੁਹਾਡੇ ਕੋਲ ਡਿਗਰੀ ਦਾ ਹੋ ਗਿਆ ਠੀਕ ਹੈ ਆਪਣੀ ਡਿਗਰੀ ਲੈ ਜਿਓ ਨਾਲ ਐਂਡ ਉਸ ਤੋਂ ਬਾਅਦ ਤੁਸੀਂ ਨਾ ਅਗਰ ਕੈਟਾਗਰੀ ਜੈ ਅਪਲਾਈ ਕੀਤਾ ਤੇ ਕੈਟਾਗਰੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਥੈਨ ਉਸ ਤੋਂ ਬਾਅਦ ਜੋ ਐਡਮਿਟ ਕਾਰਡ ਸੀਗਾ ਉਹਦੀ ਇੱਕ ਤੁਸੀਂ ਕਾਪੀ ਲੈ ਕੇ ਜਾਣੀ ਹੈ ਐਂਡ ਆਪਣਾ ਫੋਟੋ ਆਈਡੀ ਕਾਰਡ ਤੁਸੀਂ ਲੈ ਕੇ ਜਾਣਾ ਹੈ ਠੀਕ ਹੈ ਜੀ ਸੋ ਇੰਨੇ ਹੀ ਡਾਕੂਮੈਂਟਸ ਰਿਕੁਆਇਰਡ ਹੈਗੇ ਆ ਸੋ ਇਹ ਤੁਸੀਂ ਰੈਡੀ ਕਰ ਲਓ ਇੱਕ ਫਾਈਲ ਬਣਾ ਲਓ ਇੱਕ ਦੇ ਵਿੱਚ ਤੁਸੀਂ origignal ਰੱਖ ਲਓ ਐਂਡ ਇੱਕ ਦੇ ਵਿੱਚ ਫੋਟੋ ਕਾਪੀਜ਼ ਰੱਖ ਲਿਓ ਐਂਡ ਇਹਦੇ ਨਾਲ ਨਾਲ ਆਪਣੀਆਂ ਫੋਟੋਗ੍ਰਾਫਸ ਵੀ ਰੱਖ ਲਿਓ ਠੀਕ ਹੈ ਐਂਡ ਜੋ ਸਾਰੇ ਤੁਸੀਂ ਇਹ ਸਰਟੀਫਿਕੇਟ ਤੁਹਾਨੂੰ ਦੱਸੇ ਆ ਇਹ self attested ਤੁਸੀਂ ਕਰਕੇ ਲੈ ਕੇ ਜਾਣੇ ਆ ਠੀਕ ਹੈ ਸੋ ਇਹ ਸਾਰੀ ਜੋ ਲਿਸਟ ਹੈਗੀ ਸਰਟੀਫਿਕੇਟਸ ਦੀ ਜੋ ਮੇ ਦੇ ਵਿੱਚ ਰਿਕਰੂਟਮੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਇਹੀ ਸਾਰੇ ਸਰਟੀਫਿਕੇਟ ਮੰਗੇ ਸੀਗੇ ਐਂਡ ਇਸ ਵਾਰੀ ਵੀ ਇਹੀ ਸਰਟੀਫਿਕੇਟਸ ਹੋਣਗੇ ਸੋ ਬੀ ਰੈਡੀ ਵਿਦ ਯੋਰ ਡਾਕੂਮੈਂਟਸ ਐਂਡ ਜਲਦੀ ਹੀ ਅਫੀਸ਼ੀਅਲ ਸਾਈਟ ਦੇ ਉੱਤੇ ਆ ਜੂਗੀ ਡਾਕੂਮੈਂਟ ਵੈਰੀਫਿਕੇਸ਼ਨ ਦੀਆਂ ਡੇਟਸ ਵਗੈਰਾ ਸੋ ਇੱਥੇ ਤੱਕ ਹੋ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਤੇ ਤੁਹਾਨੂੰ ਕੀ ਕੀ ਚਾਹੀਦਾ ਹੁਣ ਨੈਕਸਟ ਆ ਰਹੀ ਹੈ ਗੱਲ ਜੋ ਜੀਐਮਸੀਐਚ 32 ਦੀਆਂ ਵੈਕੈਂਸੀਜ਼ ਨਿਕਲੀਆਂ ਸਟਾਫ ਨਰਸਸ ਦੇ ਲਈ ਐਂਡ ਬੀਐਫਜੂਐਚਐਸ ਦੀਆਂ ਟਿਊਟਰ ਦੀਆਂ ਵੈਕੈਂਸੀਜ਼ ਆ ਉਹਦੀ ਪ੍ਰੈਪਰੇਸ਼ਨ ਕਿੱਦਾਂ ਕੀਤੀ ਜਾਵੇ ਸੋ ਦੇਖੋ ਜੋ ਬੀਐਫਜੂਐਚਐਸ ਦੀ ਵੈਕੈਂਸੀਜ਼ ਹੈਗੀਆਂ ਆ ਟਿਊਟਰ ਦੀਆਂ ਉਹਦੇ ਲਈ ਤੁਸੀਂ ਆਪਣੇ ਬੇਸਿਕ ਸਬਜੈਕਟਸ ਦਾ ਕਰਨੇ ਹੀ ਆ ਠੀਕ ਹੈ ਜੋ ਤੁਹਾਡੇ ਮੇਨ ਮੈਡੀਕਲ ਸਰਜਰਕਲ ਨਰਸਿੰਗ ਕਮਿਊਨਿਟੀ ਸਾਈਕੀਆਟ੍ਰਿਕ ਜੋ ਸਪੈਸ਼ਲਿਟੀਆਂ ਹੈਗੀਆਂ ਉਹ ਸਾਰੀਆਂ ਕਰਨੀਆਂ ਹੀ ਆ ਤੁਸੀਂ ਠੀਕ ਹੈ ਬਿਕੋਜ਼ ਪੇਪਰ ਕਾਮਨ ਹੁਣਾ ਹੈ ਇਹ ਨਹੀਂ ਆ ਕਿ ਤੁਸੀਂ ਸਾਈਕੀਆਟਰੀ ਕੀਤੀ ਤਾਂ ਸਾਈਕੀਆਟਰੀ ਹੀ ਪੜ ਕੇ ਜਾਣੀ ਆ ਸਬ ਸਬਜੈਕਟਸ ਆਉਣਗੇ ਐਂਡ ਉਹਦੇ ਨਾਲ ਨਾਲ ਜੋ ਮਾਸਟਰਸ ਦੇ ਵਿੱਚ ਤੁਸੀਂ ਐਮ ਐਸ ਸੀ ਦੇ ਵਿੱਚ ਸਬਜੈਕਟ ਕਰਦੇ ਆ ਠੀਕ ਹੈ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਐਜੂਕੇਸ਼ਨ ਰਿਸਰਚ ਉਹਦੇ ਤੇ ਵੀ ਫੋਕਸ ਕਰਨਾ ਹੈ ਬਿਕੋਜ਼ ਉਹਦੇ ਚੋਂ ਵੀ ਬਹੁਤ ਸਾਰੇ ਕੁਐਸਚਨਸ ਪੁੱਛੇ ਜਾਣਗੇ ਬਿਕੋਜ਼ ਇਟ ਟਿਊਟਰ ਦਾ ਐਗ ਐਂਡ ਇਹਦੇ ਨਾਲ ਨਾਲ ਜੋ GMCH 32 ਦੀਆਂ ਵੀ ਕੈਂਸੀਸ ਨਿਕਲੀਆਂ ਹੋਈਆਂ ਆ ਉਹਦੇ ਲਈ ਤੁਸੀਂ ਜ਼ਿਆਦਾ ਫੋਕਸ ਕਰਨਾ ਆਪਣੇ BSC ਦੇ ਸਬਜੈਕਟ ਤੇ ਐਂਡ ਉਹਦੇ ਚ ਵੀ ਰਿਸਰਚ ਦੇ ਕੁਝ-ਕੁਝ ਕੁਐਸ਼ਨਸ ਪੁੱਛੇ ਜਾਂਦੇ ਆ ਐਂਡ ਮੈਨੇਜਮੈਂਟ ਐਂਡ ਐਜੂਕੇਸ਼ਨ ਦੇ ਤੁਸੀਂ ਜੋ ਮੋਸਟ ਇੰਪੋਰਟੈਂਟ ਹੁੰਦੀਆਂ ਥਿਉਰੀਜ਼ ਵਗੈਰਾ ਹੁੰਦੀਆਂ ਲੀਡਰਸ਼ਿਪ ਦੇ ਕੁਐਸ਼ਨਸ ਆ ਉਹ ਇੱਕ ਵਾਰੀ ਦੇਖਨੇ ਆ ਐਂਡ ਜਲਦੀ ਹੀ ਮੈਂ ਵੀਡੀਓਜ਼ ਅਪਲੋਡ ਕਰਨੀਆਂ ਸਟਾਰਟ ਕਰੂੰਗੀ ਬਿਕਾਜ਼ ਆਮ ਬੀਜ਼ੀ ਇਨ ਸਮ ਪਰਸਨਲ ਵਰਕਸ ਆਲਸੋ ਐਟ ਦਿਸ ਟਾਈਮ ਐਂਡ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਟੈਲੀਗ੍ਰam ਚੈਨਲ ਨੂੰ ਅੱਜ ਹੀ ਜੁਆਇਨ ਕਰੋ ਅਗਰ ਨਹੀਂ ਕੀਤਾ ਬਿਕਾਜ਼ ਅੱਜ ਤੋਂ ਟੈਲੀਗ੍ਰam ਚੈਨਲ ਦੇ ਜੋ ਵੀ ਰਿਕੁਆਇਰਡ ਸਟੱਫ ਹੈਗਾ ਕੰਟੈਂਟ ਹੈਗਾ ਇਹਨਾਂ ਐਗਜ਼ਾਮਜ਼ ਦੇ ਲਈ ਮੈਂ ਅਪਲੋਡ ਕਰਨਾ ਸਟਾਰਟ ਕਰ ਦੂੰਗੀ ओके सो ਅਜੇ ਤੱਕ ਅਗਰ ਤੁਹਾਨੂੰ ਇਸ ਚੈਨਲ ਦਾ ਕੰਟੈਂਟ ਵਧੀਆ ਲੱਗਾ देन ਡੂ ਸ਼ੇਅਰ ਵਿਥਿਨ ਯੂਅਰ ਸਰਕਲ ਆਪਣੇ ਫਰੈਂਡਸ ਐਂਡ ਆਲ ਕੁਲੀਗਸ ਦੇ ਨਾਲ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲੋਕਾਂ ਨੂੰ ਸਬਸਕ੍ਰਾਈਬ ਕਰਨ ਦੇ ਲਈ ਕਹੋ ਤਾਂ ਜੋ ਜਦੋਂ ਹੀ ਕੋਈ ਨਵੀਂ ਵੀਡੀਓ ਆਉਂਦੀ ਆਏ ਇੰਪੋਰਟੈਂਟ ਕੋਈ ਅਪਡੇਟ ਆਉਂਦੀ ਆਏ ਪ੍ਰੈਪਰੇਸ਼ਨ ਦੇ ਨਾਲ ਰਿਲੇਟਿਡ ਵੀਡੀਓਜ਼ ਆਉਂਦੀਆਂ ਸਭ ਨੂੰ ਉਹਦੀ ਟਾਈਮ ਤੇ ਨੋਟੀਫਿਕੇਸ਼ਨ ਮਿਲੇ ਐਂਡ ਤੁਸੀਂ ਟੈਲੀਗ੍ਰam ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਆ ਸੋ ਆਈ ਹੋਪ ਤੁਸੀਂ ਇਦਾਂ ਹੀ ਇਸ ਚੈਨਲ ਨੂੰ ਸਪੋਰਟ ਕਰੋਗੇ ਸੋ ਜਲਦੀ ਹੀ So stay tuned with Nursing Scope and thank you so much for watching.